ਮੈਨੇ ਜਲੰਧਰ ਚੌਕੀਆਂ ਚੱਲਦੀਆਂ ਸੀ ਤੇ ਕਿਸੇ ਨੇ ਕੋਈ ਸਵਾਲ ਕੀਤਾ ਸੀ ਕਿ ਤੁਸੀਂ ਬਾਬਾ ਜੀ ਕਿਉਂ ਮੁਹੱਬਤ ਕਰਦੇ ਹੋ। ਮੈਂ ਉਹਨੂੰ ਗੱਲੀ ਬਾਤੀ ਦੱਸਿਆ ਪਰ ਉਹ ਸਮਝ ਨਹੀਂ ਪਾਇਆ। ਫਿਰ ਮੈਂ ਉਸ ਦਿਨ ਬੈਠਾ ਸੀ ਤੇ ਬਾਬਾ ਜੀ ਨੇ ਭੇਟ ਲਗਵਾਈ, ਮਨਜੀ ਨੇ ਸੁਣੀ ਹੋਈ ਹੈ। ਮੈਂ ਤੁਹਾਨੂੰ ਉਹ ਸੁਣਾਉਂਦਾ ਕਿ ਮੈਨੂੰ ਕਿਸੇ ਨੇ ਪੁੱਛਿਆ ਸੀ ਬਾਬਾ ਜੀ ਕੌਣ, ਉਹਦੇ ਉੱਤੇ ਬਾਬਾ ਜੀ ਨੇ ਲਗਵਾਇਆ ਸੀ ਮੇਰੇ ਕੋਲ। ਜੈਕਾਰਾ ਪਾਣਾ ਹਰੀ ਬਾਬਾ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ। ਜੈਕਾਰਾ ਗੁਫਾਲ ਦੇ ਵਾਸੀ ਦਾ ਬੋਲ ਸਾਜੇ ਦਰਬਾਰ ਕੀ ਜੈ। ਜੈਕਾਰਾ ਰਤਨੋ ਦੇ ਪਾਲੀ ਦਾ ਬੋਲ ਸਾਜੇ ਦਰਬਾਰ ਕੀ ਜੈ। ਜੈਕਾਰਾ ਗਵਾਂ ਦੇ ਪਾਲੀ ਦਾ ਬੋਲ ਸਾਜੇ ਦਰਬਾਰ ਕੀ। ਸਭ ਦੀ ਆਸ ਮੁਰਾਦ ਪੂਰੀ ਕਰਨ ਵਾਲੇ ਬਾਬਾ ਜੀ ਤੁਹਾਡੀ ਸਦਾਈ ਜੈ। ਉਹ ਪੇਸ਼ ਸੀਗੀ ਮੈਂ ਬਾਬਾ ਦੀ, ਮੈਂ ਬਾਬਾ ਦੀ ਕੀ ਦੱਸਾਂ, ਮੈਂ ਜੋਗੀ ਦੀ ਕੀ ਦੱਸਾਂ। ਉਹ ਦਿਲ ਦੇ ਬੜੇ ਦਿਆਲੂ ਨੇ ਮੈਂ ਬਾਬਾ ਦੀ, ਮੈਂ ਬਾਬਾ ਦੀ ਕੀ ਦੱਸਾਂ। ਉਹ ਦਿਲ ਦੇ ਬੜੇ ਦਿਆਲੂ ਨੇ, ਮਾੜੇ ਨੂੰ ਵੀ ਗਲ ਲਾਉਂਦੇ ਨੇ। ਉਹ ਏਡੇ ਕਿਰਪਾਲੂ ਨੇ ਮੈਂ ਬਾਬਾ ਦੀ ਕੀ ਦੱਸਾਂ। ਉਹ ਦਿਲ ਦੇ ਬੜੇ ਦਿਆਲੂ ਮਾੜੇ ਨੂੰ ਵੀ ਗਲ ਲਾਉਂਦੇ ਨੇ। ਉਹ ਏਡੇ ਕਿਰਪਾਲੂ ਨੇ ਮੈਂ ਬਾਬਾ ਦੀ ਕੀ ਦੱਸਾਂ। ਉਹ ਦਿਲ ਦੇ ਬੜੇ ਦਿਆਲੂ ਨੇ ਮਾੜੇ ਨੂੰ ਵੀ ਗਲ ਲਾਉਂਦੇ ਨੇ। ਉਹ ਏਡੇ ਕਿਰਪਾਲੂ ਨੇ ਜਿਹਦੇ ਮੁਕਦਰਾਂ ਵਿੱਚ ਨਾ ਰੋਟੀ ਨਾ ਕੋਈ ਸੁੱਖ ਦਾ ਸਾਹ ਆਵੇ, ਜਿਹਦੇ ਮੁਕਦਰਾਂ ਵਿੱਚ ਨਾ ਰੋਟੀ ਨਾ ਕੋਈ ਸੁੱਖ ਦਾ ਸਾਹ ਆਵੇ। ਜੋਗੀ ਸਾਹਮਣੇ ਕਰੇ ਜੇ ਤੌਬਾ ਫੇਰ ਨਾ ਤੱਤੀ ਵਾਵੇ, ਜਿਹਦੇ ਮੁਕਦਰਾਂ ਵਿੱਚ ਨਾ ਰੋਟੀ ਨਾ ਕੋਈ ਸੁੱਖ ਦਾ ਸਾਹ ਆਵੇ। ਜੋਗੀ ਸਾਹਮਣੇ ਕਰੇ ਜੇ ਤੌਬਾ ਫੇਰ ਨਾ ਤੱਤੀ ਵਾਵੇ। ਸਭ ਤਕਦੀਰਾਂ ਹੱਥ ਇਹਦੇ ਵਿੱਚ, ਸਭ ਤਕਦੀਰਾਂ ਹੱਥ ਇਹਦੇ ਵਿੱਚ, ਇਹ ਕਸ਼ਟਾਂ ਨੂੰ ਟਾਲੂਏ ਮਾੜੇ ਨੂੰ ਵੀ ਗਲ ਲਾਉਂਦੇ ਨੇ। ਇਹਦੇ ਕਿਰਪਾਲੂ ਨੇ ਮੈਂ ਬਾਬਾ ਦੀ ਕੀ ਦੱਸਾਂ। ਉਹ ਦਿਲ ਦੇ ਬੜੇ ਦਿਆਲੂ ਨੇ ਮਾੜੇ ਨੂੰ ਵੀ ਗਲ ਲਾਉਂਦੇ ਨੇ। ਮੈਨੂੰ ਸ਼ਖਸ ਨੇ ਪੁੱਛਿਆ ਕਿ ਜਿਹੜੇ ਪੌਣਾ ਹਰੀ ਨੂੰ ਤੁਸੀਂ ਪਿਆਰ ਕਰਦੇ ਹੋ, ਜਿਹਦੇ ਬਾਰੇ ਤੁਸੀਂ ਸਾਨੂੰ ਦੱਸ ਰਹੇ ਹੋ, ਮੇਰੀ ਗੱਲ ਹੋ ਰਹੀ ਸੀ ਉਸ ਸ਼ਖਸ ਨਾਲ। ਉਹਨੇ ਮੈਨੂੰ ਪੁੱਛਿਆ ਤੁਹਾਡੇ ਬਾਬਾ ਜੀ ਦਾ ਸੁਭਾਅ ਕਿੱਦਾਂ ਦਾ, ਤੁਹਾਨੂੰ ਉਹਨਾਂ ਨਾਲ ਪਿਆਰ ਹੋ ਗਿਆ, ਉਹ ਸੁਭਾਅ ਕਿੱਦਾਂ ਦਾ। ਉਹ ਸੁਭਾਅ ਹੈ ਸਾਡੇ ਪਾਤਸ਼ਾਹ ਦਾ, ਇਹ ਭੋਲੇ ਦਾ ਪੁੱਤਰ ਕਾਰਤਿਕ, ਇਹ ਭੋਲੇ ਦਾ ਪੁੱਤਰ ਕਾਰਤਿਕ, ਇਹਦੇ ਅੱਗੇ ਕੌਣ ਖੜੇ। ਇਹ ਭੋਲੇ ਦਾ ਪੁੱਤਰ ਕਾਰਤਿਕ, ਇਹਦੇ ਅੱਗੇ ਕੌਣ ਖੜੇ। ਮੰਨ ਜਾਵਣ ਤਾਂ ਐਵੇਂ ਹੀ ਮੰਨ ਜਾਣ, ਨਾ ਮੰਨਣ ਤਾਂ ਜਿੱਦੀ ਬੜੇ। ਇਹ ਭੋਲੇ ਦਾ ਪੁੱਤਰ ਕਾਰਤਿਕ, ਇਹਦੇ ਅੱਗੇ ਕੌਣ ਖੜੇ। ਮੰਨ ਜਾਵਣ ਤਾਂ ਐਵੇਂ ਹੀ ਮੰਨ ਜਾਣ, ਨਾ ਮੰਨਣ ਤਾਂ ਜਿੱਦੀ ਬੜੇ। ਪਰ ਆਪਣੇ ਬੱਚਿਆਂ ਦੀ ਤੇ ਗਲਤੀ, ਆਪਣੇ ਬੱਚਿਆਂ ਦੀ ਤੇ ਗਲਤੀ, ਆਪੇ ਹੱਸ ਕੇ ਟਾਲੂਏ ਮਾੜੇ ਨੂੰ ਵੀ ਗਲ ਲਾਉਂਦੇ ਨੇ। ਮੈਂ ਬਾਬਾ ਦੀ ਕੀ ਦੱਸਾਂ, ਉਹ ਦਿਲ ਦੇ ਬੜੇ ਦਿਆਲੂ ਨੇ ਮਾੜੇ ਨੂੰ ਵੀ ਗਲ ਲਾਉਂਦੇ ਨੇ। ਪਾਤਸ਼ਾਹ ਫਰਮਾਉਂਦਾ ਜੇ ਦੁੱਖ ਦੀ ਘੜੀ ਆ ਜਾਏ, ਜੇ ਤੱਤੀ ਹਵਾ ਆ ਜਾਏ, ਜੇ ਮੁਕੱਦਰਾਂ ਦੇ ਗੇੜ ਵਿੱਚ ਕੋਈ ਔਖੀ ਘੜੀ ਆ ਜਾਏ, ਫਿਰ ਪਾਤਸ਼ਾਹ ਫਰਮਾਉਂਦਾ ਪਿਆਰ ਕੀ ਹੁੰਦਾ।
जे कोई फसिया विच दुखां दे, जे कोई फसिया विच दुखां दे एने ना तुसी दिल छड़ो। जे कोई फसिया विच दुखां दे एने ना तुसी दिल छड़ो। ना किसे दा माड़ा तको ना माड़ा मुहो बोल कड़ो। जे कोई फसिया विच दुखां दे एवे ना तुसी दिल छड़ो। ना किसे दा माड़ा तको ना माड़ा मुंह बोल कड़ो। एदे हो के बह जाओ आपे, एदे बन के बह जाओ आपे, अपनिया पाइया टालूए माड़े नू भी गल लांदे ने। एदे किरपालू ने मैं बाबा दी की दसा, ओ दिल दे बड़े दयालू ने माड़े नू भी गल लांदे ने। एदे किरपालू ने मैं बाबा दी की दसा, दिल दे बड़े दयालू ने माड़े नू भी गल लांदे ने। एदे किरपालू ने जो मैं लिख रहा सी बाबा जी लिखा रहे सी, साडे घर एक जगह जिथे बाबा जी की फोटो है असि ओहदे सामने बह के लिखते हैं। लिखाते लिखाते मेरा पातशाह ते माई रत्नो की गल हो गई। मैं लिख रहा सी ते माई रत्नो ते बाबा गल करदे, ओह गल किहड़ी जरा सुनो। रत्नो कहंदी जोगी गौतम सब विच रौला पौंदा ए, रत्नो कहंदी जोगी गौतम सब विच रौला पौंदा ए, मैनू दसो सच्ची मुची थोनू किन्ना चाहुंदा। रत्नो कहंदी जोगी गौतम सब विच रौला पौंदा, मैनू दसो सच्ची मुची किन्ना थोनू चाहुंदा। बाबा जी ने रत्नो जवाब दिता, जे सानू चाहुंदा हुंदा ते ए बगार पैसे लियो भी भेटा लाउंदा। रुपये टुकदा गाउण दे ते उत्थे फिर मैं बारह नूं जवाब पुछदा कि पातशाह जी रत्नो ने पुछया मैं तुहानूं किन्ना प्यार करदा, जवाब ते दिओ। भेट ते फिर पूरी होनी है ते अगे बाबा जी लिखाउंदे आ। रत्नो कहंदी जोगी गौतम सब विच रौला पौंदा, मैनूं दसो सच्ची मुची किन्ना थोनू चाहुंदा। बाबा जी कहंदे छड माई रत्नो, छड माई रत्नो, गौतम अंदरों अंदरों बड़ा ही चालू ए माड़े नू भी गल लांदे ने। जयकारा पौणा हरि बाबा जी दा बोल सच दरबार की जय।